ਗੁਰਦਾਸਪੁਰ ਦੇ ਅਮਾਮਵਾੜਾ ਬਾਜ਼ਾਰ ਵਿੱਚ ਰਾਤ 9 ਵਜੇ ਦੇ ਕਰੀਬ ਉਸ ਵੇਲੇ ਹਫਰਾ ਤਫਰੀ ਮੱਚ ਗਈ ਜਦੋਂ ਇੱਕ ਇੱਕ ਕਰਕੇ ਦੇਖਦੇ ਹੀ 6 ਦੁਕਾਨਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਦੱਸਦੇ ਇਹ ਦੁਕਾਨਦਾਰਾਂ ਅਨੁਸਾਰ ਸ਼ਾਰਟ ਸਰਕਿਟ ਕਾਰਨ ਜਿਹੜੀ ਅੱਗ ਲੱਗੀ ਸੀ ਤੇ ਇਸ ਅੱਗ ਕਾਰਨ ਦੁਕਾਨਾਂ ਵਿੱਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਪਰ ਫਾਇਰ ਬ੍ਰਿਗੇਡ ਪਹਿਲਾਂ ਤਾਂ ਦੇਰ ਨਾਲ ਪਹੁੰਚੀ ਅਤੇ ਜਦੋਂ ਪਹੁੰਚੀ ਤਾਂ ਠੀਕ ਢੰਗ ਦੇ ਨਾਲ ਅੱਗ ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀ, ਜਿਸ ਕਾਰਨ ਅੱਗ ਸਾਰੀਆਂ ਦੁਕਾਨਾਂ ਵਿੱਚ ਫੈਲ ਗਈ ਤੇ ਦੁਕਾਨਦਾਰਾਂ ਨੂੰ ਇਹ ਵੀ ਹੋਸ਼ ਹੈ ਕਿ ਲਗਾਤਾਰ ਜਿਹੜਾ ਹੈ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਨੇ, ਪਰ ਕਦੇ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਤੇ ਜਿਹੜਾ ਹੈ ਉਹ ਨਹੀਂ ਪਹੁੰਚਿਆ ਤੇ ਨਾ ਹੀ ਅੱਗ ਕਾਰਨ ਆਪਣਾ ਸਭ ਕੁਝ ਗਵਾ ਚੁੱਕੇ ਦੁਕਾਨਦਾਰਾਂ ਦਾ ਕੋਈ ਵੀ ਸਾਰ ਲੈ ਗਈ। ਗੁੱਸਾਏ ਦੁਕਾਨਦਾਰਾਂ ਨੇ ਚੈਂਬਰ ਆਫ ਕਾਮਰਸ ਦੇ ਬੈਨਰ ਹੇਠ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਕੇ ਬਾਜ਼ਾਰ ਦੀਆਂ ਸਾਰੀਆਂ ਐਂਟਰੀਆਂ ਜਿਹੜੀਆਂ ਨੇ ਉਹ ਰੱਸੀਆਂ ਨਾਲ ਬੰਦ ਕਰ ਦਿੱਤੀਆਂ ਨੇ ਅਤੇ ਬਾਜ਼ਾਰ ਵਿੱਚ ਗੱਡੀਆਂ ਦੀ ਐਂਟਰੀ ਵੀ ਰੋਕ ਦਿੱਤੀ ਹੈ। ਦੁਕਾਨਦਾਰਾਂ ਦੀ ਮੰਗ ਹੈ ਕਿ ਪੀੜਿਤ ਦੁਕਾਨਦਾਰਾਂ ਨੂੰ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਵੇ। ਦੂਜੇ ਪਾਸੇ ਗੁਰਦਾਸਪੁਰ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਵਿਕਾਸ ਮਹਾਜਨ ਨੇ ਕਿਹਾ ਕਿ ਲਗਾਤਾਰ ਸ਼ਹਿਰ ਵਿੱਚ ਵਾਪਰੀਆਂ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਹੈ ਉਹ ਝੱਲਣਾ ਪਿਆ ਹੈ, ਪਰ ਪ੍ਰਸ਼ਾਸਨ ਮੁਆਵਜ਼ੇ ਦੀਆਂ ਫਾਈਨਾਂ ਮੰਗਵਾ ਲੈਂਦਾ ਹੈ ਪਰ ਅਜੇ ਤੱਕ ਕਿਸੇ ਨੇ ਵੀ ਮੁਆਵਜ਼ਾ ਜਿਹੜਾ ਹੈ ਉਹ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਸੀਂ ਜਿਹੜਾ ਹੈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਜਿਹੜੀਆਂ ਹੈ ਪ੍ਰਸ਼ਾਸਨ ਨੂੰ ਅਰਜ਼ੀ ਲਗਾਉਂਦੇ ਹਾਂ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜੀ ਹੈ ਇਹਦੇ ਉੱਤੇ ਐਕਸ਼ਨ ਨਹੀਂ ਲਿਆ ਜਾਂਦਾ। ਅੱਗ ਦੀਆਂ ਘਟਨਾਵਾਂ ਕਾਰਨ ਹੋਏ ਨੁਕਸਾਨ ਨਾਲ ਦੁਕਾਨਦਾਰ ਇਕਦਮ ਅਰਸ਼ ਤੋਂ ਫਰਸ਼ 'ਤੇ ਆ ਗਏ ਨੇ, ਪਰ ਕਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਅਤੇ ਨਾ ਹੀ ਕਦੇ ਪ੍ਰਸ਼ਾਸਨ ਨੇ ਦੁਕਾਨਦਾਰਾਂ ਦੀ ਉਂਗਲੀ ਫੜ ਕੇ ਥੋੜ੍ਹਾ ਬਹੁਤ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਕਿਸੇ ਸਿਆਸੀ ਆ। ਉਹਨਾਂ ਕਿਹਾ ਕਿ ਅਸੀਂ ਰੋਸ ਵਜੋਂ ਅੱਜ ਬਾਜ਼ਾਰ ਬੰਦ ਕਰਵਾ ਦਿੱਤਾ ਹੈ ਅਤੇ ਜਦੋਂ ਤੱਕ ਕੋਈ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਦੁਕਾਨਦਾਰਾਂ ਨਾਲ ਗੱਲਬਾਤ ਨਹੀਂ ਕਰਦਾ ਉਦੋਂ ਤੱਕ ਇਹ ਰਾਹ ਜਿਹੜਾ ਹੈ ਉਦੋਂ ਤੱਕ ਇਹ ਨਹੀਂ ਖੁੱਲ੍ਹੇਗਾ। ਸਰਕਾਰ ਦਾ ਰਸਤਾ ਇਸ ਕਰਕੇ ਬੰਦ ਹੈ, ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੁਗਤਣੀਆਂ ਵਪਾਰੀ ਨੂੰ ਪੈਂਦੀਆਂ। ਪਿਛਲੇ 2-3 ਸਾਲ 'ਚ 5-7 ਬੜੇ ਵੱਡੇ ਹਾਦਸੇ ਹੋ ਚੁੱਕੇ ਨੇ, ਕਰੋੜਾਂ ਰੁਪਏ ਦਾ ਨੁਕਸਾਨ ਹੈ ਵਪਾਰੀਆਂ ਦਾ, ਕਿ ਸਰਕਾਰ ਨੇ ਸੋਧਣ ਲਈ ਪ੍ਰਸ਼ਾਸਨ ਨੇ ਕੋਈ ਸੋਧਣ ਲਈ। ਅਸੀਂ ਚੈਂਬਰ ਆਫ ਕਮਰਸ ਦਾ ਡੈਪੂਟੇਸ਼ਨ ਲੈ ਕੇ ਜਾਂਦੇ ਹਾਂ, ਜਨਰਲ ਵੀ ਉਹਨਾਂ ਨੂੰ ਮੈਮੋਰੈਂਡਮ ਦਿੰਦੇ ਹਾਂ ਅਤੇ ਪਰਟੀਕੁਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦੀ ਵੀ ਫਾਈਲ ਬਣਾ ਕੇ ਦੇਈ ਦੀ ਹੈ, ਪਰ ਉਹ ਫਾਈਲ ਠੰਡੇ ਪਾਸੇ ਛੋੜ ਛੱਡਦੇ ਨੇ, ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ। ਸਾਨੂੰ ਕਹਿੰਦੇ ਸਾਡੇ ਕੋਲ ਰੈਡ ਕ੍ਰੋਸ ਫੰਡ ਹੈਗਾ ਜੀ, ਅਸੀਂ ਤੁਹਾਨੂੰ ਕਰਾਂਗੇ ਉਹ ਯੂਟੀਲਾਈਜ਼ ਕਰਕੇ ਇਹਨਾਂ ਨੂੰ ਕੰਪਲੇਂਟ ਕਰਾਂਗੇ, ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ। ਕੋਈ ਬਾਕੀ ਤਬਕਿਆਂ ਦਾ ਕੋਈ ਮਾੜਾ ਮੋਟਾ ਵੀ ਹੋਏ, ਨੁਕਸਾਨ ਹੋਏ, ਸਰਕਾਰ ਝੱਟ ਪੈ ਜਾਂਦੀ ਪੁੱਜ ਜਾਂਦੀ ਹੈ, ਉਹਨਾਂ ਦਾ ਭਰਵਾਈ ਕਰਦੀ ਹੈ, ਪਰ ਦੁਕਾਨਦਾਰ ਵੀਰਾਂ ਨੂੰ ਕੁਛ ਨਹੀਂ ਮਿਲਦਾ, ਕਿਉਂਕਿ ਦੁਕਾਨਦਾਰ ਸੋਚਦੇ ਨੇ ਕਿ ਯਾਰ ਸ਼ਾਂਤੀ ਨਾਲ ਕੰਮ ਕਰਦੇ ਰਹੋ, ਕੋਈ ਗੱਲ ਨਹੀਂ। ਪਰ ਇਹ ਤਾਂ ਹੁਣ ਤਾਂ ਇੰਤਿਹਾ ਹੋ ਗਈ ਹੈ, ਕੋਈ ਵੀ ਬੰਦਾ ਰਾਤ ਤੱਕ ਪ੍ਰਸ਼ਾਸਨ ਦਾ ਜਾਂ ਕੋਈ ਨੁਮਾਇੰਦਾ ਸਰਕਾਰ ਦਾ ਸਾਡੇ ਵਪਾਰੀਆਂ ਕੋਲ ਨਹੀਂ ਪੁੱਜਿਆ। ਕਿੰਨਾ ਕੁ ਨੁਕਸਾਨ ਹੈ ਅਤੇ ਕੀ ਮੰਗ ਕਰਦੇ ਹੋ? ਦੇਖੋ ਜੀ, ਇਹ ਨੁਕਸਾਨ ਤਾਂ ਅੰਦਾਜ਼ਾ ਹੀ ਹੈ, ਮਤਲਬ ਹਰ ਇੱਕ ਦੁਕਾਨ ਦਾ ਕਿਸੇ ਦਾ 5 ਲੱਖ ਦਾ, ਕਿਸੇ ਦਾ 10 ਲੱਖ ਦਾ, ਕਿਸੇ ਦਾ 15 ਲੱਖ ਦਾ ਨੁਕਸਾਨ ਤਾਂ ਹੋਇਆ ਹੀ ਹੈ, ਕਰੋੜਾਂ 'ਚ ਫਿਗਰ ਹੈ। ਮੰਗ ਮੈਂ ਕਹਿੰਦਾ ਕਿ ਕੋਈ ਵੀ ਜਿਹੜਾ ਫੰਡ ਇਹਨਾਂ ਕੰਟੀਨਜੈਂਸੀ ਬਣਾਇਆ ਉਦੋਂ ਫੰਡ ਦਾ ਯੂਜ਼ ਕਰਕੇ ਇਹ ਵਪਾਰੀ ਨੂੰ ਫੌਰਨ ਕੰਪਨਸੇਟ ਕੀਤਾ ਜਾਏ, ਲਿਖਿਤ ਆਸ਼ਵਾਸਨ ਤੋਂ ਬਿਨਾਂ ਇਹ ਬਾਜ਼ਾਰ ਨਹੀਂ ਖੁੱਲ੍ਹਣਾ। ਜੇ ਪੋਲੀਟੀਕਲ ਬੰਦੇ ਆਏ ਆ, ਉਹਨਾਂ ਨੇ ਕੁਛ ਨਹੀਂ ਕੀਤਾ? ਪੋਲੀਟੀਕਲ ਬੰਦੇ ਆਏ ਹੋਣਗੇ ਭਾਅ ਜੀ, ਰਾਤ ਜਿਹੜਾ ਫੜਾ ਦਫੜੀ ਸਾਨੂੰ ਨਹੀਂ ਪਤਾ ਕੀ ਕੀਤਾ, ਪਰ ਜਿਹੜਾ ਮਸਲਾ ਕੰਪਨਸੇਟ ਨਾਲ ਹੱਲ ਹੋਣਾ, ਕੰਪਨਸੇਟ ਨੂੰ ਕੰਪਨਸੇਸ਼ਨ ਨਾਲ ਹੱਲ ਹੋਣਾ। ਗੋਪਾਲ ਨਾਥ ਕੌਸ਼ਲ ਹੈ, ਮੇਰੀ ਫਰਮ ਦਾ ਨਾਮ ਕੌਸ਼ਲ ਕਲੈਕਸ਼ਨ ਰੈਡੀਮੇਡ ਗਾਰਮੈਂਟ ਸ਼ੋਪ ਹੈ ਜੀ। ਕੱਲ੍ਹ ਰਾਤੀ 8:30 ਵਜੇ ਸ਼ੋਰਟ ਸਰਕਟ ਤੋਂ ਹੀ ਜੋ ਮਾਰਕੀਟ ਵਾਲੇ ਦੱਸਦੇ ਪਏ ਨੇ ਅੱਗ ਲੱਗੀ ਹੈ, ਔਰ ਉਹ ਅੱਗ ਨੇ ਸਾਡੀਆਂ 5-7 ਦੁਕਾਨਾਂ ਨੂੰ ਪੂਰੀ ਤਰ੍ਹਾਂ ਡੈਮੇਜ ਕਰਤਾ, ਖਤਮ ਕਰ ਦਿੱਤਾ ਹੈ। ਸਾਡਾ ਸਟੋਕ ਆਲਮੋਸਟ ਸਾਰਾ ਹੀ ਫਿਨਿਸ਼ ਹੋ ਗਿਆ, ਤੁਸੀਂ ਦੇਖ ਸਕਦੇ ਪਿੱਛੇ ਸਟੋਕ 'ਚ ਕੁਛ ਨਹੀਂ ਬਚਿਆ। ਬਾਕੀ ਜਿਹੜੀ ਫਰੰਟ ਐਲੀਵੇਸ਼ਨ ਰੈਡੀਮੇਡ ਗਾਰਮੈਂਟਸ ਦੀ ਕੌਸ਼ਲ ਕਲੈਕਸ਼ਨ, ਕਿੰਨਾ ਕੁ ਨੁਕਸਾਨ ਹੈ? 25-30 ਲੱਖ ਰੁਪਏ ਦਾ। ਟੋਟਲ ਕਿੰਨੀਆਂ ਦੁਕਾਨਾਂ ਸਾੜੀਆਂ? 6 ਦੁਕਾਨਾਂ ਜੀ। ਟੋਟਲ ਕਿੰਨਾ ਕੁ ਨੁਕਸਾਨ ਹੋਏਗਾ?
ਟੋਟਲ ਨੁਕਸਾਨ ਤੇ ਕਰੋੜਾਂ ਵਿੱਚ ਕਰੋੜਾਂ ਚ ਚੜ ਜਾਊਗਾ ਕਰੋੜਾਂ ਸਟਾਕ ਤੇ ਸਾਰੀ ਦੁਕਾਨਾਂ ਚ ਪਿਆ ਦਾ ਕਾਦੀ ਕਾਦੀ ਦੁਕਾਨ ਗਾਰਮੈਂਟਸ ਦੀ ਹੈ ਕੋਸਮੈਟਿਕਸ ਦੀ ਹੈ ਮੋਬਾਈਲਸ ਦੀ ਹੈ ਔਰ ਬੈਗ ਐਂਡ ਪਰਸਸ ਦੀ ਹੈ ਮਿਆਰੀ ਦੀ ਕਿੱਦਾਂ ਸ਼ੁਰੂ ਹੋਈ ਅੱਗ ਤੇ ਕੀ ਕਾਰਨ ਲੱਗਦਾ ਇਹਦਾ ਅੱਗ ਦਾ ਜੋ ਸੁਣ ਜਾਂਦਾ ਪਿਆ ਜਾਂ ਜੋ ਇੱਥੇ ਹੈਗੇ ਸੀ ਉਹਨਾਂ ਤੇ ਕਿਹਾ ਵੀ ਸ਼ਾਰਟ ਸਰਕਟ ਹੀ ਹੋਇਆ ਫਾਇਰ ਬ੍ਰਿਗੇਡ ਟਾਈਮ ਤੇ ਪੁੱਜੀ ਨਹੀਂ ਫਾਇਰ ਬ੍ਰਿਗੇਡ ਬਹੁਤ ਲੇਟ ਆਈ ਹੈ ਔਰ ਆਈ ਸੈਟੀਸਫੈਕਟਰੀ ਨਹੀਂ ਹੈ ਉਸ ਮਾਮਲੇ 'ਚ ਕਿਉਂਕਿ ਉਹਦੀ ਪਾਈਪ ਵੀ ਲੀਕ ਹੋ ਰਹੀ ਸੀ ਸ਼ਾਇਦ ਔਰ ਪ੍ਰੈਸ਼ਰ ਵੀ ਪ੍ਰੋਪਰ ਨਹੀਂ ਸੀਗਾ ਪਾਣੀ ਵੀ ਨਹੀਂ ਕੱਢੀ ਜਾ ਰਿਹਾ ਚਾਹੁੰਦੇ ਆਪਾਂ ਇਹ ਪ੍ਰਸ਼ਾਸਨ ਜਦੋਂ ਆਪਾਂ ਰਸਤੇ ਗਏ ਹਾਂ ਦਫ਼ਤਰ ਉਹਨਾਂ ਦੀ ਗੱਡੀ ਲਿਆਉਣ ਜਦੋਂ ਗੱਡੀ ਉਹਨੇ ਗਲਤ ਰਸਤੇ ਪਾ ਲਈ ਗੱਡੀ ਤਾਂ ਟਾਈਮ ਨਾਲ ਨਹੀਂ ਪਹੁੰਚੀ ਜੇ ਗੱਡੀ ਪਹੁੰਚੀ ਤਾਂ ਉਹਦੀ ਕਦੀ ਪੈਪ ਲੀਕ ਹੁੰਦੀ ਕਦੀ ਉਹ 'ਚ ਪਾਣੀ ਨਹੀਂ ਜੇ ਉਹ ਗੱਡੀ ਸਹੀ ਤਰੀਕੇ ਨਾਲ ਹੁੰਦੀ ਤਾਂ ਅੱਗ ਦਾ ਬਚਾਅ ਹੋ ਜਾਣਾ ਇੱਕ ਦੁਕਾਨ ਦਾ ਨੁਕਸਾਨ ਹੋਣਾ ਹੈ ਉਹਨਾਂ ਦੀ ਨਗੇਲੀ ਕਰਕੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ ਇੱਕ ਗੱਡੀ ਆਈ ਫਿਰ ਬਟਾਲੇ ਤੋਂ ਉਹ ਵੀ ਇੱਕ ਘੰਟੇ ਬਾਅਦ ਉਦੋਂ ਨੂੰ ਸਾਰੀਆਂ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੇ ਟੋਟਲ ਉਹ ਜੋ ਉਦੋਂ ਆਈਆਂ ਜਦੋਂ ਅੱਗ ਤੇ ਕੰਟਰੋਲ ਹੋ ਗਿਆ ਉਦੋਂ 5-7 ਗੱਡੀਆਂ ਆਈਆਂ ਅੱਗ ਬੁੱਝੀ ਤੇ ਫਿਰ ਪਾਣੀ ਬਹੁਤ ਉਹਨਾਂ ਚਲਾਇਆ ਵਾ ਉਹਦਾ ਕੋਈ ਫਾਇਦਾ ਨਹੀਂ ਤੁਹਾਡਾ ਕਹਿਣਾ ਕਿ ਜੇ ਫਾਇਰ ਬ੍ਰਿਗੇਡ ਟਾਈਮ ਤੇ ਆ ਜਾਂਦੀ ਫਿਰ ਬਚਾਅ ਹੋ ਜਾਣਾ ਫਿਰ ਬਚਾਅ ਹੋ ਜਾਣਾ ਕਿੰਨੀਆਂ ਦੁਕਾਨਾਂ ਟੋਟਲ ਸਰ 6 ਦੁਕਾਨਾਂ ਸਾਡੀ ਮਨਿਆਰੀ ਦੀ ਬ੍ਰਦਰਸ ਹੋ ਕਿੰਨਾ ਨੁਕਸਾਨ ਸਾਡਾ ਪਲੱਸ 15-20 lakh ਰੁਪਏ ਦਾ ਹੋਵੇ ਕਰੋੜਾਂ ਰੁਪਏ ਦਾ ਨੁਕਸਾਨ ਹਾਂਜੀ ਹਾਂਜੀ